Voice of Canada. Prime Voice of Canada. यह है प्राइम वॉइस ऑफ कनाडा टोरंटो चैप्टर। परदेस गयो परदेसी होयो वे कदी पावत ना बल फेरा सावण वांगू रोंदियां अखियां दिल नहीं लगदा मेरा अखियां दा सावन पौंदा वैन रोंदे तू परदेस वे अखियां दा सावन पौंदा वैन रोंदे नैन तू परदेस वे कल्लियां ना आवे दिल नू चैन वे कल्लियां ना आवे दिल नू चैन रोंदे नैन तू परदेस वे अखियां दा सावन पौंदा वैन रोंदे नैन तू परदेस वे तू परदेस वे तू परदेस वे जदों मेरी अखियां तो ओले गए होवे जदों मेरी अखियां तो ओले गए होवे रब भी जे वेख लेंदा ओ भी पेंदा रोवे रब भी जे वेख लेंदा ओ भी पेंदा रोवे खबरे जूताइयां कद तक रहन रोंदे नैन तू परदेस वे अखियां दा सावन पौंदा वैन रोंदे नैन तू परदेस वे ऐ तू परदेस वे ऐ तू परदेस वे। जी विजय किवें लग रहा? कोशिश की अपने बेस्ट करन दी पर कितने कितने कोई बंदा रह जांदा वैसे सवेर दे थोड़े बैठे हां ते थोड़ा जा टायर्डनेस। हाँ जी बिल्कुल बिल्कुल वैसे बहाना तो नहीं क्योंकि जो कॉम्पीटिशन में आए हैं इस बहाना तो कोई नहीं चलना चाहिए। जी बिल्कुल। हाँ जी सारे दे नाल ही हैं। चलो आप जजेस नूं पुछ लो। बिल्कुल 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 जी गुरसेव जी तुसी दसो। चलो तुसी आपे कहता भी बहाना नहीं चलना चाहिए। बिल्कुल बिल्कुल। हाँ मैंने लग रहा ना आवाज़ हैगी है टोन भी ठीक है लेकिन ना उन्होंने थोड़ा जा होर संभालन की उन्होंने कंट्रोल करने की लड़ है होर थोड़ी जी फील चाहिए है गाने। सो लगे रहो मेहनत करो हले थोड़ी जी होर। थैंक यू। हाँ जी जरूर जी। सतेंद्र पाल सदमा जी विजय मॉन्ट्रियल तो तुसी आए हो कुर्ता पजामा तो झग्गी सुख नाल फुलदार बहुत सोहनी है बहुत नौजवान मुंडा तो प्रेजेंटेबल हाँ और जिवें गुरसेवक जी ने कहा कि जिहड़ा ना गाना है वो इत्थे वजना चाहिए तो उस्तादां दी गल सुन लेनी चाहिए और ये उत्ते अमल करो। वो मैनू तो मैं तो किसी ढंग नाल ही दस सकदा कि जो कोई गल कही है ना सामने वाला बस फिर वो ए असर हो जादू में असर फील नाल गाओ तो उस्तादां दी गल मैनू। हाँ विजय यू नो वट वेन यू वर सिंगिंग आई एम फीलिंग दैट यू आर मिसिंग फ्लैक्सीबिलिटी इन योर वॉइस बिकॉज हम हमेशा ही कॉम्पिटिशन में आपको सुनते आ रहे हैं। योर वॉइस इज़ रियली फ्लैक्सीबल एंड आई फील लिटल टाइटनेस इन योर वॉइस आई डोंट नो वाई इट इज़ लाइक दैट
ਪਤਾ ਨਹੀਂ ਮੈਮ ਇੱਕਦਮ ਨਾ ਮੇਰਾ ਮੂੰਹ ਸੁੱਕਣ ਲੱਗ ਪਿਆ ਜਿੱਦਾਂ ਹਾਂ ਆਈ ਕੈਨ ਸੀ ਦੈਟ ਦੈਟ ਜੋ ਤੁਮ ਹਰਕਤ ਲਗਾਉਣਾ ਚਾਹ ਰਹੇ ਹੋ ਉਹ ਲੱਗ ਨਹੀਂ ਰਹੀ ਹੈ ਐਂਡ ਸੁਰ ਵੀ ਥੋੜਾ ਸਾ ਮਤਲਬ ਐਨਰਜੀ ਲੈਵਲ ਵੀ ਲੋ ਹੈ ਕਾਫੀ ਸੁਰ ਵੀ ਥੋੜਾ ਸੈਕਿੰਡ ਸੌਂਗ ਮੇ ਔਰ ਵੀ ਯੂ ਆਰ ਕੋਆਰਡੀਨੇਟਿੰਗ ਵਿਦ ਦ ਮਿਊਜ਼ਿਕ ਸਾਊਂਡ ਪ੍ਰੋਪਰਲੀ ਔਰ ਨੋ ਜੀ ਠੀਕ ਠੀਕ ਲੱਗ ਰਿਹਾ ਓਕੇ ਤੋ ਬਸ ਵਹੀ ਕਹਿਣਾ ਆਈ ਥਿੰਕ ਥੋੜੇ ਨਰਵਸ ਹੋ ਗਏ ਤੁਸੀਂ ਨਾ ਸਟੇਜ ਤੇ ਆ ਕੇ ਹਾਂਜੀ ਥੋੜਾ ਹੋ ਗਿਆ ਜੀ ਹਾਂ ਹਮਾਰੀ ਐਕਸਪੈਕਟੇਸ਼ਨ ਵਾਸ ਰੀਲੀ ਹਾਈ ਫਰਮ ਯੂ ਜੀ ਬਟ ਦ ਵੇ ਹਾਊ ਯੂ ਸਿੰਗ ਆਲਵੇਜ਼ ਡਿਡਨਟ ਹੈਪਨ ਟੁਡੇ ਓਕੇ ਥੈਂਕ ਯੂ ਥੈਂਕ ਯੂ ਉਹੀ ਚਾਹਨੇ ਉਹੀ ਰਾਤਾਂ ਹੋ ਉਹੀ ਚਾਹਨੇ ਉਹੀ ਰਾਤਾਂ ਉਹੀ ਪੁਰਵਾਈਏ ਅੱਜ ਮੈਨੂੰ ਫੇਰ ਤੇਰੀ ਯਾਦ ਆਈਏ ਅੱਜ ਮੈਨੂੰ ਫੇਰ ਤੇਰੀ ਯਾਦ ਆਈਏ ਜਿਹਦੀ ਹੀ ਰਾਤ ਮੈਂ ਪੀਲਾ ਦੇ ਹਨ ਛੋੜ ਕੇ ਸਿਰਿਆਂ ਦੀ ਰੱਖ ਜਾਈ ਗੰਗਾ ਵਿੱਚ ਰੋੜ ਕੇ ਕਾਲਜ ਦੀ ਰਾਤ ਮੈਂ ਪੀਲਾ ਦੇ ਹਨ ਛੋੜ ਕੇ ਸਿਰਿਆਂ ਦੀ ਰੱਖ ਜਾਈ ਗੰਗਾ ਵਿੱਚ ਰੋੜ ਕੇ ਉਹੀ ਸਾਗਰ ਉਹੀ ਕਸ਼ਤੀ ਉਹ ਉਹੀ ਸਾਗਰ ਉਹੀ ਕਸ਼ਤੀ ਉਹੀ ਗਹਿਰਾਈਏ ਅੱਜ ਮੈਨੂੰ ਫੇਰ ਤੇਰੀ ਯਾਦ ਆਈਏ ਅੱਜ ਮੈਨੂੰ ਫੇਰ ਤੇਰੀ ਯਾਦ ਆਈਏ ਬੁਜ਼ਦਿਲ ਨਾਲੋਂ ਚੰਗਾ ਹਾਂ ਭਾਵੇਂ ਹਰ ਕੇ ਮੁੜਿਆ ਵਾਂ ਖੁਸ਼ ਹਾਂ ਆਪਣੀ ਹਿੰਮਤ ਉੱਤੇ ਕੁਝ ਕਰਕੇ ਮੁੜਿਆ ਵਾਂ ਸੋ ਅਸੀਂ ਖੁਸ਼ਕਿਸਮਤ ਹਾਂ ਜਿੰਨੇ ਵੀ ਇੱਥੇ ਆਏ ਆ ਕਿ ਕੁਝ ਨਾ ਕੁਝ ਕਰਕੇ ਮੁੜ ਕੇ ਜਾ ਰਹੇ ਆ ਵੱਡੀ ਗੱਲ ਇਹ ਆ ਕਿ ਤੁਸੀਂ ਉਹਨਾਂ 12 ਬੰਦਿਆਂ ਦੇ ਵਿੱਚੋਂ ਇੱਕ ਓਨਟਾਰੀਓ ਦੇ ਵਿੱਚੋਂ ਜਿਹੜੇ ਇਸ ਪਲੇਟਫਾਰਮ 'ਤੇ ਪਹੁੰਚੇ ਆ ਸੋ ਸਦਮਾ ਸਾਹਿਬ ਬਈ ਵਿਸ਼ਾਲ ਮਿਹਨਤ ਦੀ ਲੋੜ ਕਾਫੀ ਆ ਅਤੇ ਨਾ ਤਾਂ ਯਾਦ ਹੀ ਚੱਜ ਨਾਲ ਆਈ ਆ ਅਤੇ ਨਾ ਹੀ ਦਿਲ ਧੜਕਿਆ ਦੋ ਗੀਤ ਗਾਏ ਸੀ ਤੁਸੀਂ ਇੱਕ ਤਾਂ ਦਿਲ ਨੇ ਯੇ ਕਹਾ ਹੈ ਅਤੇ ਥੋੜ੍ਹਾ ਜਿਹਾ ਹੋਰ ਮਿਹਨਤ ਕਰੋ ਵੈਸੇ ਤੁਹਾਨੂੰ ਗਿਆਨ ਹੈਗਾ ਔਰ ਪਰਫੈਕਟ ਬਣੇ ਬਣਾਏ ਤੁਸੀਂ ਆਰਟਿਸਟ ਹੋ ਪਰ ਥੋੜ੍ਹੀ ਮਿਹਨਤ ਦੀ ਲੋੜ ਥੈਂਕ ਯੂ ਜੀ ਮੈਮ ਬਸ ਸੇਮ ਪਹਿਲਾਂ ਜੋ ਸੌਂਗ ਤੁਮਨੇ ਲਿਆ ਹਮਿੰਗ ਕਰੀ ਜੋ ਸਟਾਰਟ ਕੀਆ ਸੁਰ ਪਹਿਲੀ ਵਾਰ ਤਾਂ ਸੁਰ ਮੈਂ ਸ਼ਰਤੀਆਂ ਮੈਚ ਨਹੀਂ ਹੋਈ ਆਪਕਾ ਸੌਂਗ ਸ਼ੁਰੂ ਹੋ ਗਿਆ ਨਾ ਹੈ ਨਾ ਔਰ ਸੁਰ ਕਾਫੀ ਗਿਰ ਰਹੇ ਥੇ ਪਹਿਲੇ ਹੀ ਸੌਂਗ ਮੈਂ ਆਪਕੇ ਬੇਟਾ ਮੁਝੇ ਲੱਗਤਾ ਥੋੜ੍ਹਾ ਸਾ ਫਿਰ ਬਾਅਦ ਮੈਂ ਆਪ ਨਰਵਸ ਵੀ ਹੋ ਗਏ ਜੋ ਵੀ ਹੁਆ ਹੈ ਨਾ ਸੈਕਿੰਡ ਸੌਂਗ ਮੈਂ ਥੋੜ੍ਹਾ ਸਾ ਬੈਲੈਂਸ ਨਹੀਂ ਬਣਾ ਕਿਉਂਕਿ ਆਪਕੀ ਹਾਰਮੋਨੀਅਮ ਸੇ ਆਦਤ ਹੈ ਗਾਣੇ ਕੀ ਯਹਾਂ ਪਰ ਅਗਰ ਹਾਰਮੋਨੀਅਮ ਕਾ ਸਹਾਰਾ ਮਿਲ ਜਾਏਗਾ ਤੋ ਫਿਰ ਸਭ ਕੋ ਸਹਾਰਾ ਦੇਣਾ ਪੜੇਗਾ ਤੋ ਵੋ ਇੰਡੀਪੈਂਡੈਂਟ ਸਿੰਗਿੰਗ ਕੈਸੀ ਹੈ ਵੋ ਵੀ ਦੇਖਣਾ ਥਾ ਨਾ ਹਮਨੇ ਸੋ ਯੂ ਟ੍ਰਾਈ ਇਟ ਗੁੱਡ ਓਕੇ ਨੈਕਸਟ ਟਾਈਮ ਯੇ ਦਿਸ ਇਜ਼ ਨੈਵਰ ਐਂਡਿੰਗ ਯੂ ਨੋ ਹਾਂ ਕੀਪ ਔਨ ਮੂਵਿੰਗ ਮੇਰੀ ਗੱਲ ਸੁਣ ਕਰਮੂ ਬਾਮਣਾ ਮੇਰਾ ਲੈ ਜਾ ਸਲਾਮ ਦੁਆ ਜਾ ਆਖੀ ਸਹਿਬਾਹੁਰ ਨੂੰ ਐਵੇਂ ਜੱਟੀਏ ਨਾ ਚਿੱਤ ਡੁਲਾ ਮਿਲੂ ਬੀਬੋ ਦੇ ਘਰ ਆ ਨੀ ਤੇਰੇ ਚੰਦੜ ਸਾਰੇ ਵੇਖ ਲਊ ਗਾਨੇ ਬਨ ਕੇ ਰਹੇ ਜੋ ਆ ਹੋ 500 ਕਾਨੀ ਮਿਰਜ਼ੇ ਜੱਟ ਦੀ
ਉਹ ਦੇਵਾਂ ਚੰਦਣਾ ਵਿੱਚ ਵਰਤਾ ਨੀ ਮੈਂ ਗਿਣ ਗਿਣ ਮਾਰਾਂ ਸੂਰ ਮੇ ਫਤਿਹ ਕਰਾਂ ਮੈਦਾਨ ਸਫਾਈ ਓਏ ਤੈਨੂੰ ਲੈ ਜਾ ਸਭ ਦੇ ਵਹਿੰਦਿਆਂ ਨੀ ਮੈਂ ਵੇਲ ਬੱਕੀ ਦੀ ਪਾ ਨੀ ਤੂੰ ਬਹਿ ਜਾ ਨਾਲ ਯਕੀਨ ਦੇ ਕੀਏ ਤੇਰੀ ਪੱਕੀ ਮਿਰਜ਼ਿਆ ਕੀਏ ਦੀ ਤੋਰ ਇਹਨੇ ਨਹੀਂ ਤਬੇਲਾ ਛੱਡਣਾ ਇਹਨੇ ਨਹੀਂ ਤਬੇਲਾ ਛੱਡਣਾ ਇਹਦੇ ਕੰਡ ਚ ਹੈਣੀ ਜ਼ੋਰ ਐਵੇਂ ਮੁੱਠ ਗਏ ਦੀਆਂ ਹੱਡੀਆਂ ਉੱਠ ਗਏ ਦੀਆਂ ਹੱਡੀਆਂ ਤੇ ਸੁੱਕੀ ਜਹੀ ਕੰਗਰੋੜ ਘੋੜੇ ਮੇਰੇ ਵੀਰ ਸ਼ਮੀਰ ਦੇ ਉਹ ਘੋੜੇ ਮੇਰੇ ਵੀਰ ਸ਼ਮੀਰ ਦੇ ਸ਼ੋਰ ਇਹ ਭੱਜੀਆਂ ਜਾਣ ਨਾ ਦੇਣ ਕੇ ਉਦੜ ਗਈਆਂ ਤੇ ਚੋਰ ਮੈਂ ਕਿਆ ਉਦੜ ਗਈਆਂ ਤੇ ਚੋਰ ਮੈਂ ਕਿਆ ਉਦੜ ਗਈਆਂ ਤੇ ਪ੍ਰਾਈਮ ਏਸ਼ੀਆ ਟੀ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਾਡੇ ਜੱਜ ਦੱਸਣਗੇ ਕਿ ਕਿੱਦਾਂ ਦਾ ਉਹਨਾਂ ਨੂੰ ਲੱਗਿਆ। ਸਤਿੰਦਰਪਾਲ ਸਿਧਮਾ ਸਾਹਿਬ,
ਕਿ ਥੋੜ੍ਹਾ ਜਿਹਾ ਜ਼ਰੂਰ ਤੁਹਾਨੂੰ ਆਪਣੇ ਵੋਕਲ ਉੱਤੇ ਅਤੇ ਸੁਰ ਉੱਤੇ ਕੰਮ ਕਰਨਾ ਚਾਹੀਦਾ। ਹਾਂਜੀ, ਮਾਣਕ ਸਾਹਿਬ ਨੂੰ ਗਾਉਣ ਲਈ ਵੀ ਥੋੜ੍ਹਾ ਜਿਹਾ ਦਮ ਚਾਹੀਦਾ, ਜਿਗਰਾ ਚਾਹੀਦਾ। ਔਰ ਸਰਤਾਜ ਦੇ ਗੀਤ ਨੂੰ ਵੀ ਤੁਸੀਂ ਕੋਸ਼ਿਸ਼ ਕੀਤੀ ਨੇ ਗਾਉਣ ਦੀ, ਦੈਟਸ ਗੁੱਡ। ਦੇਖਦੇ ਹਾਂ ਗੁਰਸੇਵਕ ਬਾਈ ਜੀ, ਤੁਸੀਂ ਕੀ ਸੋਚਦੇ ਹੋ? ਨਹੀਂ, ਪਿਛਲੇ ਦੋਨੋਂ ਜੋ ਬਹੁਤ ਅਲੱਗ ਅਲੱਗ ਤਰੀਕੇ ਦੇ ਗਾਣੇ ਸੀ ਦੋਨੋਂ, ਹੈ ਨਾ। ਮਾਣਕ ਸਾਹਿਬ ਦਾ ਤਾਂ ਜਵਾਬ ਹੀ ਕੋਈ ਨਹੀਂ, ਕਲੀ ਗਾਉਣੀ। ਮੈਨੂੰ ਲੱਗਿਆ ਕਿ ਜੋ ਕਲੀ ਦਾ ਸੁਰ ਸੀ ਉਹ ਥੋੜ੍ਹਾ ਜਿਹਾ ਉੱਚਾ ਹੋਰ ਹੋ ਸਕਦਾ ਸੀ, ਹੈ ਨਾ, ਥੋੜ੍ਹੀ ਜਿਹੀ ਹੋਰ ਸਫਾਈ ਆ ਸਕਦੀ ਸੀ ਉਹਦੇ 'ਚ। ਔਰ ਜੋ ਇਹ ਸੈਕਿੰਡ ਗਾਣਾ ਗਾਇਆ, ਅਗੇਨ ਵਾਰ ਵਾਰ ਉੱਥੇ ਗੱਲ ਜਾਂਦੀ ਹੈ ਫਿਰ, ਹੈ ਨਾ, ਕਿ ਮੈਨੂੰ ਸੁਰ ਔਰ ਤਾਲ ਦੋਨੋਂ ਹੀ ਬਹੁਤ ਕਮਜ਼ੋਰ ਲੱਗੇ। ਸੋ ਕੰਪੀਟੀਸ਼ਨ ਸਟਿਫ ਹੈ, ਤੁਹਾਡੇ ਆਪਣੇ ਭਲੇ ਲਈ ਕਹਿ ਰਿਹਾ ਮੈਂ ਕਿ ਆਈ ਥਿੰਕ ਵੀ ਇਹ ਚੀਜ਼ਾਂ 'ਤੇ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ। ਸ਼ੁਕਰੀਆ ਜੀ, ਬਿਲਕੁਲ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਦਿਲਜਾਨ ਬਾਈ ਜੀ ਹੌਸਲਾ ਦੇਣ ਨੂੰ ਬੈਠੇ, ਉਹਨਾਂ ਨੂੰ ਸਭ ਪਤਾ ਵੀ ਬੰਦਾ ਇਸ ਵੇਲੇ ਕੀ ਫੀਲ ਕਰ ਰਿਹਾ ਹੋਊਗਾ। ਦਿਲਜਾਨ ਬਾਈ ਜੀ, ਤੁਸੀਂ ਕੀ ਕਹੋਗੇ? ਬਿਲਕੁਲ ਅਰਸ਼ਪ੍ਰੀਤ ਵੀਰ, ਮੈਨੂੰ ਸਭ ਤੋਂ ਸੋਹਣਾ ਸੌਂਗ ਇਹ ਲੱਗਿਆ ਜਿੰਨੇ ਵੀ ਤੂੰ ਹੁਣ ਤੱਕ ਗਾਣੇ ਗਾਏ ਨੇ, ਮੈਨੂੰ ਸਭ ਤੋਂ, ਕਿਉਂਕਿ ਜਿਹੜੀ ਤੁਹਾਡੀ ਟੋਨ ਹੈ ਨਾ ਉਹ ਇਹਨਾਂ ਗਾਣਿਆਂ ਲਈ ਬਣੀ ਹੋਈ ਹੈ, ਜਿਹੜਾ ਰੋਮੈਂਟਿਕ। ਅਤੇ ਤੁਸੀਂ ਟਰਾਈ, ਜੇ ਅੱਗੇ ਜਾਂਦੇ ਹੋ ਤਾਂ ਟਰਾਈ ਇਹੀ ਕਰਨਾ ਹੈ ਵੀ ਇੱਦਾਂ ਦੇ ਗਾਣੇ ਗਾਉਣੇ ਨੇ, ਰੋਮੈਂਟਿਕ ਫੀਲ, ਤੁਹਾਡਾ ਜਿਹੜਾ ਸੌਫਟ ਹੈ ਟੋਨ। ਹਾਂਜੀ, ਸੋ ਤੁਸੀਂ ਟਰਾਈ ਇਹੀ ਕਰਿਓ ਵੀ ਇਸ ਤਰ੍ਹਾਂ ਦੇ ਗਾਣੇ ਗਾਉਣੇ ਨੇ। ਮੈਨੂੰ ਅੱਛਾ ਲੱਗਿਆ ਯਾਰ, ਬਹੁਤ ਵਧੀਆ। ਬਾਵੇ ਆਵੇ ਤੇਰੇ ਦੁੱਖਾਂ ਨੇ ਮਾਰ, ਮੁਕਾ ਲੇ ਆਵੇ ਮੇਰਾ ਸੋਹਣਾ ਮਾਹੀ, ਆ ਜਾ ਹੋ ਸੀ ਵਤਨਾ ਵਾਲੇ ਮਾਣ ਕਰਨ ਕੀ ਮੈਂ ਮਾਣ ਕਰਾਂ ਪਰਦੇਸੀ, ਮੇਰਾ ਸੋਹਣਾ ਮਾਹੀ ਆ ਜਾ ਹੋ ਖੋਲਦਾ, ਹੋ ਬੋਲ ਮਿੱਟੀ ਦਿਆ, ਮਾਤੀ ਨੂੰ ਮੱਤਾਂ ਦਿੰਦੀ ਤੂੰ ਮਾਇਆ ਵਿੱਚ ਮੋਈ ਨੀ, ਤੈਨੂੰ ਲੱਜ ਜਰਾ ਨਾ ਆਈ ਸਿਰ ਤੋਂ ਲਾਤੀ ਲੋਈ ਨੀ, ਸਾਹਿਬ ਦਾ ਦਰਵਾਜ਼ਾ ਨੀ ਮਾਂ ਤੂੰ ਪਕੜੀ ਉਛਿਆਈ ਨੀ, ਸ਼ਾਮ ਸਵੇਰੇ ਰਾਬਲ ਕੁੜੀਏ ਸੁੱਤਿਆ ਰਹਿਣ ਵਿਆਈ ਨੀ, ਕੀ ਹੋਇਆ ਕੀ ਹੋਇਆ ਤੈਨੂੰ ਚਰਖੇ ਤੰਦ ਨਪਾਇਆ ਨੀ, ਬਨ ਬੈਠੀ ਪੰਜ ਫੁੱਲਾ ਰਾਣੀ ਘਰ ਵਿੱਚ ਹੁਕਮ ਚਲਾਇਆ ਨੀ, ਨੌ ਦਰਵਾਜ਼ੇ ਮਹਿਲ ਤੇਰੇ ਤੇ ਉੱਚਾ ਬਹੁਤ ਬਣਾਇਆ ਨੀ, ਜਿਸ ਕੋਲੋਂ ਤੂੰ ਕੋਠਾ ਲਿੱਤਾ ਕਾਰਜ ਨਾ ਲੜਵਾਇਆ ਨੀ, ਨਦੀ ਕਿਨਾਰੇ ਢਾ ਹਮੇਸ਼ਾ ਕੰਧ ਰੇਤ ਦੀ ਪਾਈ ਨੀ, ਸ਼ਾਮ ਸਵੇਰੇ ਰਾਬਲ ਕੁੜੀਏ ਸੁੱਤਿਆ ਰਹਿਣ ਵਿਹਾਈ ਤੇ ਕਿਉਂ ਨੀ ਬੋਲਦਾ ਪੂਰਾ ਕਿਉਂ ਨੀ ਬੋਲਦਾ, ਹਏ ਦਿਲਾਂ ਦੀ ਕੁੰਡੀ ਨੂੰ ਵੈਰੀਆ ਨੀ ਖੋਲਦਾ, ਬੋਲ ਮਿੱਟੀ ਦਿਆ ਬੋਲ ਮਿੱਟੀ ਦਿਆ ਬੋਲ ਮਿੱਟੀ ਦਿਆ ਹੋ। ਜੀਦੀਪ, ਤੁਹਾਨੂੰ ਕਿੱਦਾਂ ਲੱਗਿਆ? ਕਿੱਦਾਂ? ਓਕੇ ਓਕੇ ਗੁੱਡ ਓਕੇ ਗੁੱਡ ਵੈਰੀ ਗੁੱਡ ਇਟਸ ਆਨ ਜਜਸ ਅੱਛਾ ਜ਼ਿਆਦਾ ਜਾਣਦੇ ਆ। ਅੱਛਾ, ਤੁਹਾਨੂੰ ਗਾਇਕੀ ਦਾ ਜਨੂੰਨ ਆ ਕਿ ਸ਼ੌਕ ਆ? ਦੋਨੇ ਹੀ। ਠੀਕ ਹੈ, ਸਾਡੇ ਜਜ ਤੋਂ ਪੁੱਛਦੇ ਹਾਂ ਜੀ, ਸਤਿੰਦਰਪਾਲ ਜੀ, ਤੁਸੀਂ ਕੀ ਮਹਿਸੂਸ ਕੀਤਾ? ਦੀਪ, ਤੁਹਾਨੂੰ ਆਨੇ ਵਾਲੇ ਥਾਂ 'ਤੇ ਆਉਣਾ ਚਾਹੀਦਾ, ਬੋਲ ਮਿੱਟੀ ਦੇ ਬਾਵਿਆ ਅਤੇ ਇਸ ਤਰ੍ਹਾਂ ਦੇ ਗਾਣੇ ਮੇਰੇ ਖਿਆਲ ਤੁਹਾਨੂੰ ਗਾਉਣੇ ਚਾਹੀਦੇ ਆ, ਔਰ ਮਿਹਨਤ ਹੋਰ ਕਾਫੀ ਮਿਹਨਤ ਦੀ ਲੋੜ ਆ, ਅਸੀਂ ਇਹ ਮਹਿਸੂਸ ਕਰ ਰਹੇ। ਠੀਕ ਹੈ ਜੀ, ਜ਼ਰੂਰ। ਅਰਚਨਾ ਜੀ ਜੀ। ਹਾਂ ਦੀਪ, ਇਸ ਵਕਤ ਹਮ ਲੋਕ ਫਾਈਨਲ
इसमें पहुंच रहे हैं तो जैसे पहले भी बताया गया कि बहुत बारीकी से देखा जाएगा, यहाँ सुरों की बात भी ख़त्म हो जाती है, हम लोग श्रुतियों पे आ जाते हैं। सुर के अंदर जो श्रुतियाँ होती हैं हम वो गिनते हैं कि कितनी किस पार्टिसिपेंट की कितनी श्रुति गिरी, बस उसके ऊपर मार्किंग होगी। तो आपके सुर तो काफ़ी अभी ठहराव नहीं है सुरों में, तो सुरों पर आपको काम करना है, ठीक है? तो बस यही कहना था मैंने। ऑल द बेस्ट फॉर योर फ्यूचर, वर्क हार्ड, वन डे यू विल बी समवेयर। थैंक यू, थैंक्स मैम, फॉर श्योर। जी गुरसेवक भाजी, मेरे हिसाब ना जो पहले दो गाने गाए सी, वन वॉज कमर ग्रेवाल सॉन्ग, तो दूसरा सी कंडे उत्ते मेहरवा वे शायद, है ना, थोड़ी आवाज़ इस हिसाब ना गाने की सिलेक्शन बहुत ज़्यादा गलत सी। आई डिडन लाइक इट एट ऑल, है ना, सिंपली मैं दस रहा, क्योंकि तुम होर गा सकते हो, इवें कह भी नहीं गा सकते, पर गाने की सिलेक्शन गलत सी। बोल मिट्टी दे बाबा थोड़ा थोड़ा ठीक सी, और ये भी मैं फिर कहूँगा भी थोड़ा जहा सोरे का उच्चा फड़िया होंदा शायद होर भी वधिया लगता, क्योंकि ये गाना इन्ना उच्चा गाया, मेरे ख्याल तीजे चौथे गाने गाया हुआ आलम नौहर साहब, आई सॉरी अपने उन्होंने गाना आई थिंक बहुत उच्चे नोट पर गाया हुआ है ना। सो आई मीन ये जो गाने जहाँ तक तुम इन्ना वधिया गाओ कि उस ना तालमेल कर सकी थोड़ा बहुत, है ना, और जा ना गाओ जा गाना ऐसा लो कि जो थोड़ा मूँह अच्छा लगे, जबान तो अच्छा लगे, मिठा भी होवे, है ना। सो थोड़ी जी अपनी सिलेक्शन वाल जरूर ख्याल रखो अपना गाने का जो तुम गा रहे हो, और नाल दी नाल जो इन्होंने कह दिता भी सुर ताल भी बहुत जरूरी है, ठीक है ना, मेहनत करते रहो, कोई गल नहीं, डिस्करेज होने की कोई गल नहीं, लाइफ लाइक विल कीप गोइंग, ठीक है, थैंक यू। मैं बिल्कुल सहमत हाँ, कई बार ये होंगे कि रूह नहीं मरनी चाहिए, रूह आ जी वो जरूर होनी चाहिए आ। तुम सुनिया दिलजान उन्हों का जो इन्होंने गाया सी कंडे उत्ते मेहरमा, सो सारे जजेस मैंने लगता अखा बंद से अखा नहीं खोल रही, तो उन्होंने जो नीर टपक रहा है वो कह रहे कि यह सच्चा सुर लग्या होया। सो असी ये चीज़ा सीखिया कि जो उस्ताद लोग सामने बैठे असी उन्हों की चीज़ प्रजेंट कर रहे हैं तो फिर बहुत ज़्यादा मेहनत की जरूरत पैंती है। तो दिलजान भाई जी, सो मैं जरूर वो पलों याद कर रहा जो कंडे उत्ते मेहरमा वे तुम गाया, मैं जरूर चाहगा कोई भी कमेंट देने तो पहल थोड़ी दो लाइन वो तुम अपनी जबानी जरूर सुना दे, प्लीज प्लीज। भाई ठीक है यार, पक्का ना, क्योंकि मैं ना सच्ची कहना कि मैं इन्होंने चीज़ों चो निकलिया तो मैं पता कि टेंशन होंगे थोड़े को, सिर्फ उ दो चार सेकेंड दो चार मिनट होंगे ने सॉरी, सो वे अपना बेस्ट देना होंगे, सो मैं फील आई कैन फील दैट, तो कोई चक्कर नहीं यार, तू भलवानी भलवानी भी नाल कराया कर यार, है ना, कोई चक्कर नहीं। सो मैं दो लाइन जरूर भाजी ने हुक्म किया सुना दिना जी। पन सुटा मैं तेन चूर कर दया, मिट्टी दया कड़िया तेजा बैने महबूब दी टाके, ओ फन ना सुटी तू मैनू चूर ना कर दी, नी मैं तो अगे बड़े नी दुख पा, ओ पहला जो ते फिर हाथ घूमे आर दे कुट घूमे आर मेरा
ਚੂਰਾ ਕੀਤਾ ਤੇ ਫਿਰ ਛੰਨਣੀ ਨਾੜ ਛਣਾ ਉਹਨੇ ਪਾਣੀ ਪਾ ਮੇਰਾ ਗਾਰਾ ਕੀਤਾ ਹੈ ਤੇ ਮੇਰੇ ਪਿੰਨੇ ਚਖੂਬ ਬਣਾ ਹਾਂ ਇੰਨੀਆਂ ਮੁਸੀਬਤਾਂ ਪਾ ਕੇ ਤੇ ਅਸੀਂ ਟਾਕ ਮਹਿਬੂਬ ਦੀ ਕੰਢੇ ਉੱਤੇ ਮਹਿਰ ਮਾਵੇ ਆ ਜਾ ਕਦੋਂ ਦੀ ਖੜੀ ਖੜੀ ਮੈਂ ਕੰਢੇ ਉੱਤੇ ਮਹਿਰ ਮਾਵੇ ਆ ਜਾ ਕਦੋਂ ਦੀ ਖੜੀ ਦਿਲ ਵਿੱਚ ਸ਼ੌਕ ਮਿਲਣ ਦਾ ਦਿਲ ਵਿੱਚ ਸ਼ੌਕ ਮਿਲਣ ਦਾ ਉੱਤੋਂ ਲੱਗੀ ਹੈ ਝੜੀ ਝੜੀ ਮੈਂ ਕੰਢੇ ਉੱਤੇ ਮਹਿਰ ਮਾਵੇ ਆ ਜਾ ਕਦੋਂ ਦੀ ਖੜੀ ਖੜੀ ਮੈਂ ਕੰਢੇ ਉੱਤੇ ਮਹਿਰ ਮਾਵੇ ਆ ਜਾ ਕਦੋਂ ਦੀ ਖੜੀ ਖੜੀ ਮੈਂ ਕੰਢੇ ਉੱਤੇ ਮਹਿਰ ਮਾਵੇ ਆ ਜਾ ਕਦੋਂ ਦੀ ਖੜੀ Prime Voice of Canada.